ਸ਼ਾਹਕੋਟ ਦੇ ਨਜ਼ਦੀਕੀ ਪਿੰਡ ਗਹਿਲਨ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਆਪਣੇ ਗੁਆਂਢੀਆਂ ਦੇ ਘਰ ਦਾਖਲ ਹੋ ਕੇ ਘਰ ਵਿੱਚ ਮੌਜੂਦ ਸੱਸ, ਨੂੰਹ ਅਤੇ ਦੋ ਬੱਚਿਆਂ ਨਾਲ ਕੁੱਟਮਾਰ ਕਰਨ ਅਤੇ ਘਰ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ ਸ਼ਾਹਕੋਟ ਵਿਖੇ ਜੇਰੇ ਰਾਜ ਜ਼ਖਮੀ ਗੀਤਾ ਰਾਣੀ ਨੇ ਦੱਸਿਆ ਕਿ ਉਹਨਾਂ ਦੇ ਗੁਆਂਢੀਆਂ ਨਾਲ ਉਸਦੇ ਪਤੀ ਦਾ ਪੈਸਿਆਂ ਦਾ ਲੈਣ ਦੇਣ ਸੀ ਅਤੇ ਬੀਤੀ ਰਾਤ ਉਸਦਾ ਪਤੀ ਰਣਜੀਤ ਸਿੰਘ ਅਤੇ ਸਹੁਰਾ ਸੁਖਦੇਵ ਸਿੰਘ ਕਿਸੇ ਕੰਮ ਲਈ ਘਰੋਂ ਗਏ ਹੋਏ ਸਨ ਅਤੇ ਉਹ ਆਪਣੀ ਸੱਸ, ਲੜਕੇ ਅਤੇ ਲੜਕੀ ਨਾਲ ਆਪਣੇ ਘਰ ਵਿੱਚ ਮੌਜੂਦ ਸੀ ਕਿ ਸ਼ਾਮ ਕਰੀਬ 7 ਵਜੇ ਉਹਨਾਂ ਦੇ ਗੁਆਂਢੀਆਂ ਨੇ ਆਪਣੇ ਨਾਲ ਕੁਝ ਸਾਥੀਆਂ ਨੂੰ ਲੈ ਕੇ ਪਹਿਲਾਂ ਗਾਲੀ ਗਲੋਚ ਕੀਤਾ ਅਤੇ ਬਾਅਦ ਵਿੱਚ ਦੇਰ ਰਾਤ ਆਪਣੇ 10-15 ਸਾਥੀਆਂ ਸਮੇਤ ਉਹਨਾਂ ਘਰ ਵਿੱਚ ਦਾਖਲ ਹੋ ਕੇ ਉਹਨਾਂ ਨਾਲ ਕੁੱਟਮਾਰ ਕੀਤੀ ਅਤੇ ਉਸਦੇ ਕੱਪੜੇ ਵੀ ਪਾੜ ਦਿੱਤੇ। ਉਸਨੇ ਦੱਸਿਆ ਕਿ ਉਹਨਾਂ ਛੋਟੇ ਛੋਟੇ ਬੱਚਿਆਂ ਤੱਕ ਨੂੰ ਵੀ ਨਹੀਂ ਬਖਸ਼ਿਆ ਅਤੇ ਉਹਨਾਂ ਨਾਲ ਵੀ ਕੁੱਟਮਾਰ ਕੀਤੀ। ਪੀੜਤ ਔਰਤ ਨੇ ਪੁਲਿਸ ਅਧਿਕਾਰੀਆਂ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ। ਹਾਂਜੀ, ਕੀ ਨਾਂ ਜੀ ਤੁਹਾਡਾ? ਗੀਤਾ ਰਾਣੀ। ਪਿੰਡ ਕਿਹੜਾ ਤੁਹਾਡਾ? ਗੇਲਣਾ। ਹਾਂਜੀ, ਕੀ ਗੱਲਬਾਤ ਹੋਈ ਹੈ ਜੀ? ਗੱਲਬਾਤ ਇਹ ਸੀ, ਪੈਸਿਆਂ ਦਾ ਮਾੜਾ ਮੋਟ ਕੋਈ ਦੇਣ ਲੈਣ ਸੀ ਇਹਨਾਂ ਦਾ, ਉਹ ਸਾਡੇ ਹੱਥੀਂ ਆਣ ਪਏ। ਨਾ ਮੇਰਾ ਸਹੁਰਾ ਘਰੇ ਸੀ, ਨਾ ਮੇਰੇ ਘਰ ਵਾਲੇ ਘਰੇ ਸੀ। ਇਹਨਾਂ ਨੇ ਆਣ ਕੇ ਸਾਡੇ ਕੁੱਟਮਾਰ ਕੀਤੀ, ਗਾਲਾਂ ਗਲੋਚ ਕੀਤਾ। 10-15 ਜਾਣੇ ਆਏ, ਉਹਨਾਂ ਨੇ ਸਾਨੂੰ ਵਾਲਾਂ ਤੋਂ ਫੜ ਕੇ ਬਾਹਰ ਘੜੀਸਿਆ, ਬਾਹਰ ਘੜੀਸਦੇ ਸਾਨੂੰ ਗੇਟੋਂ ਬਾਹਰ ਕੱਢਦੇ ਸੀ, ਪਰ ਅਸੀਂ ਨਹੀਂ ਨਿਕਲੇ। ਸਾਡੇ ਬੱਚਿਆਂ ਨੂੰ ਵੀ ਥੱਪੜ ਮਾਰਦੇ ਰਹੇ, ਥੱਪੜ ਮਾਰ ਕੇ ਇਹਨਾਂ ਨੇ ਬੱਚਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਬੱਚੇ ਨਹੀਂ ਨਿਕਲੇ। ਉਹ ਮੈਨੂੰ ਚਿੰਬੜੇ ਰਹੇ, ਉਹ ਕਹਿੰਦੇ ਅਸੀਂ ਨਹੀਂ ਨਿਕਲਣਾ, ਅਤੇ ਇਹ ਜ਼ਬਰਦਸਤੀ ਸਾਡੇ ਨਾਲ ਕਰਦੇ ਸੀ। ਜ਼ਬਰਦਸਤੀ ਇਹਨਾਂ ਨੇ ਫਿਰ ਜਾ ਕੇ ਅਸੀਂ ਗਏ, ਅਸੀਂ ਅੰਦਰੇ ਰਹੀਆਂ, ਸਹਿਮ ਗਈਆਂ ਸੀ, ਅਸੀਂ ਅੰਦਰ ਚੁੱਪ ਕਰਕੇ ਬੈਠੀਆਂ ਰਹੀਆਂ। ਇਹਨਾਂ ਨੇ ਫਿਰ ਬਾਹਰ ਗਏ, ਬਾਹਰੋਂ ਦੀ ਜਾ ਕੇ ਅੱਗੋਂ ਜਿੰਦਾ ਲਾ ਦਿੱਤਾ, ਪਿੱਛੋਂ ਜਾ ਕੇ ਸਾਡੇ ਕਮਰੇ ਢਾਹ ਦਿੱਤੇ। ਕਮਰੇ ਢਾਹ ਕੇ ਵਿੱਚੋਂ ਸਮਾਨ ਕੋਈ ਪਤਾ ਨਹੀਂ ਵੀ ਇਹ ਲੈ ਗਏ, ਸਾਰਾ ਸਮਾਨ ਲੈ ਗਏ ਵਿੱਚੋਂ ਵੱਢ ਕੇ। ਕਿੰਨੇ ਜਾਣੇ ਸੀਗੇ? 10-15 ਜਾਣੇ ਸੀ। ਤੇ ਹੈ ਕੌਣ ਹੈਗੇ ਜਿਨ੍ਹਾਂ ਨੇ ਹਮਲਾ ਕੀਤਾ ਹੈਗਾ? ਸਾਡੇ ਗਵਾਂਢੀ ਸੀ। ਠੀਕ ਆ, ਤੇ ਪੁਲਿਸ ਮੌਕੇ ਤੇ ਆ ਗਈ ਸੀ? ਨਹੀਂ, ਮੌਕੇ ਤੇ ਪੁਲਿਸ ਨਹੀਂ ਆਈ। ਅੱਛਾ, ਹਾਂਜੀ। ਤੇ ਹੁਣ ਤੁਹਾਨੂੰ ਕੋਈ ਪੁਲਿਸ ਨੇ ਆ ਕੇ ਕੋਈ ਇਨਸਾਫ ਦਿੱਤਾ ਅਜੇ ਤੱਕ ਕਿ ਨਹੀਂ? ਜੀ ਨਹੀਂ ਜੀ, ਹਜੇ ਤੱਕ ਨਹੀਂ। ਸ਼ਾਹਕੋਟ ਤੋਂ ਆਜ਼ਾਦ ਸਚਦੇਵਾ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ। ਹੁਣ ਵਧੀਆ HD ਕੁਆਲਿਟੀ ਦੇ ਦੇਸ਼ ਵਿਦੇਸ਼ ਬ੍ਰੌਡਕਾਸਟਿੰਗ ਲਈ ਲਾਈਵ ਬ੍ਰੌਡਕਾਸਟ ਲਈ ਅੱਜ ਹੀ ਕਾਲ ਕਰੋ ਹਰਦੀਪ ਸਿੰਘ ਧੱਗੜ ਨੂੰ 99 154 23 251।